वाहेगुरु 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 निमाणिया निमाण गुरु निताणिया दे ताण गुरु ने जो हमरी विद्होती मेरे सतगुरा साविद तुम हर जानो आपे साविद तुम हर जानो आपे हम रुलते फिरते कोई बात ना गुरु सत गुरु संग तीरे हम थापे तन तन गुरु नानक तन तन गुरु नानक जन के जित मिले चुके सब सोग संताप सब सोग संतापे सब सोग संतापे आनंद गुणि निधान गुरु गरीब निवाज गरीब प्यारे आप वडभागे हो जो के पातशाह की कृपा बदौलत उस मालिक की रहमत बदौलत सतसंगत दियां घड़ियां सानू प्राप्त हो रही हैं उस महान महापुरखों की याद विच जो गुरमत समागम गुरमुख प्यारे वीर जी ਗਿਆਨੀ ਨਰਿੰਦਰ ਸਿੰਘ ਜੀ ਅਤੇ ਹੋਰ ਸੰਗਤਾਂ ਨੇ ਰਲ ਮਿਲ ਕਰਕੇ ਉਹਨਾਂ ਦੀ ਮਿੱਠੀ ਪਿਆਰੀ ਯਾਦ ਵਿੱਚ ਸਾਰੇ ਸੰਗਤ ਨੇ ਰਲ ਮਿਲ ਕਰਕੇ ਆਪਣੇ ਭਲੇ ਵਾਸਤੇ ਕਿਉਂਕਿ ਗੁਰਬਾਣੀ ਕੋਈ ਵੀ ਸੁਣਦਾ ਹੈ ਜਾਂ ਪੜ੍ਹਦਾ ਹੈ ਉਸਦਾ ਭਲਾ ਹੁੰਦਾ ਹੈ ਅਸਲ ਵਿੱਚ ਜਿਤਨੇ ਵੀ ਗੁਰਮਤਿ ਸਮਾਗਮ ਵੱਡੇ ਵੱਡੇ ਸਮਾਗਮ ਇੰਡੀਆ ਵਿੱਚ ਜਾਂ ਜਿੱਥੇ ਵੀ ਕਰਾਏ ਜਾਂਦੇ ਉਹਦਾ ਇੱਕ ਮਨੋਰਥ ਹੁੰਦਾ ਹੈ ਕਿ ਜਿਹੜਾ ਵੀ ਪ੍ਰਾਣੀ ਗੁਰੂ ਦੇ ਚਰਨਾਂ ਵਿੱਚ ਆਇਆ ਹੈ ਉਸਦਾ ਭਲਾ ਹੋਵੇ ਉਸ ਨੂੰ ਬਾਣੀ ਨੂੰ ਸੁਣ ਕੇ ਪੜ੍ਹ ਕੇ ਆਪਣੇ ਮਨ ਵਿੱਚ ਵਸਾ ਕੇ ਜਾਵੇ ਅਤੇ ਲੋਕ ਸੁਖੀ ਪਰਲੋਕ ਸੁਹੇਲੇ ਹੋ ਜਾਣ ਆਓ ਜੋ ਸ਼੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਚੱਲ ਰਹੀ ਹੈ ਜੋ ਰੁੱਤ ਚੱਲ ਰਹੀ ਹੈ ਜੋ ਸਮਾਂ ਚੱਲ ਰਿਹਾ ਬਸੰਤ ਰਾਗ ਦਾ ਦਾਸ ਦੇ ਜਥੇ ਵੱਲੋਂ ਉਸ ਤੋਂ ਰਮਤਾ ਹੋਏਗੀ ਬਸੰਤ ਰਾਗ ਪੜ੍ਹਦੇ ਹਾਂ ਮਾਰਵਾ ਬਸੰਤ ਦੋਨਾਂ ਦਾ ਮਿਸ਼ਰਤ ਕੀਤਾ ਹੈ ਆਓ ਸਾਰੇ ਰਲ ਮਿਲ ਕਰਕੇ ਸ਼ਬਦ ਹੈ ਭਗਤਾਂ ਦੀ ਬਾਣੀ ਵਿੱਚ ਰਾਮਾਨੰਦ ਜੀ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚਿੱਤ ਨਾ ਚੱਲੇ ਮਨ ਪਇਓ ਪੰਗ ਆਓ ਸਾਰੇ ਰਲ ਮਿਲ ਕਰਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਇਆ
कत जाए रे घर लागो रंग 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 मेरा चितना चले मन भयो पंग मेरा चित ना चले मन भयो पंग कट जाए रे घर लागो रंग कट जाए रे घर लागो रंग कट जाए रे घर लागो रंग लागो रंग लागो रंग लागो एक दिवस मन भई मांग एक दिवस मन भई मांग कस चंदन चो बहु सुगंध कस चंदन चो जह जाइए तह जल बखान जह जाइए तह जल बखान तू पूर रहो है सब समान वेद कते वेद पुराण सब देखे जोए तू हाथों जाइए सतगुर मैं बलहारी तोरे 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 सतगुर जिन सकल बिकल प्रभ काटे मो रामानंद स्वामी रमत ब्रह्म गुरु का शब्द काटे जाइए रे घर लागो रंग मेरा चित ना
ਹਰ ਸਾਲ ਗੁਰਮੁਖ ਸਮਾਗਮ ਕਰਾਏ ਜਾਂਦੇ ਹਨ ਜੋ ਉਸ ਮਾਲਕ ਦੇ ਨਾਮ ਨਾਲ ਜੁੜੇ ਹੋਏ ਮਹਾਂਪੁਰਖਾਂ ਮਹਾਰਾਜ ਦੀ ਬਾਣੀ ਵਿੱਚ ਜਗ੍ਹਾ ਜਗ੍ਹਾ ਵਿੱਚ ਐਸੇ ਮਹਾਂਪੁਰਖਾਂ ਦੀ ਉਸਤਤ ਕੀਤੀ ਗਈ ਹੈ, ਚਾਹੇ ਸੁਖਮਨੀ ਸਾਹਿਬ ਦੀ ਬਾਣੀ ਲੈ ਲਓ ਚਾਹੇ ਹੋਰ ਸ਼ਬਦ ਹਨ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇਈ ਨਾਨਕਾ ਪੂਰਨ ਸੋਈ ਸੰਤ, ਜੋ ਆਪ ਸਵਾਸ ਸਵਾਸ ਉਸ ਮਾਲਕ ਦੇ ਨਾਮ ਨਾਲ ਜੁੜੇ ਹੋਏ ਹਨ ਅਤੇ ਉਸ ਪਰਮਾਤਮਾ ਦੇ ਜੀਆਂ ਨੂੰ ਵੀ ਉਧਾਰ ਕਰਨ ਵਾਸਤੇ ਮਾਲਕ ਜੀ ਆਪਣੇ ਜਨਮ ਨੂੰ ਆਪਣੇ ਸੇਵਕਾਂ ਨੂੰ ਸੰਤਾਂ ਮਹਾਂਪੁਰਖਾਂ ਨੂੰ ਭੇਜਦੇ ਹਨ ਸੰਸਾਰ ਵਿੱਚ। ਆਪ ਜਪੈ ਅਵਰਹਿ ਨਾਮ ਜਪਾਵੈ, ਐਸੇ ਮਹਾਂਪੁਰਖਾਂ ਦੀ ਬੰਦਗੀ ਬਦੌਲਤ ਜੋ ਉਹਨਾਂ ਦੇ ਦਰਸ਼ਨ
ਉਹਨਾਂ ਦੇ ਸੰਗ ਜਿਹੜਾ ਵੀ ਕਰਦਾ ਉਤਰ ਜਾਂਦਾ ਹੈ। ਆਓ ਸ਼ਬਦ ਪੜਾਂਗੇ। ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਬਖਾਣੀ। ਜਿਹੜੇ ਉਹ ਮਹਾਂਪੁਰਖ ਸੰਤ ਮਹਾਂਪੁਰਖ ਜਿਹੜੇ ਉਹ ਪਰਮਾਤਮਾ ਨਾਲ ਜੁੜੇ ਹਨ, ਆਪ ਆਪਣੇ ਰਸਨਾਂ ਤੋਂ ਜਪ ਕੇ ਅਤੇ ਸੰਗਤਾਂ ਨੂੰ ਜੋ ਉਸ ਮਾਲਕ ਦੇ ਚਰਨਾਂ ਨਾਲ ਜੁੜਦੇ ਹਨ, ਆਓ ਸਾਰੇ ਰਲ ਮਿਲ ਕਰਕੇ ਸ਼ਬਦ ਰਾਹੀਂ ਜੁੜਿਓ ਜੀ, ਮਨ ਕਰਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈਏ ਜੀ। ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਜਪ ਲੋ ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਜਪ ਮਨ ਮੇਰੇ ਗੋਬਿੰਦ ਕੀ ਬਾਣੀ। ਸਭ ਜਨ ਰਸਨ ਬਖਾਣੀ, ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਜਪ ਮਨ ਮੇਰੇ ਗੋਬਿੰਦ ਕੀ ਬਾਣੀ। ਸਭ Yeah.
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 जन्म बिछरे थे माधो एह जन्म तुम्हारे लिखे कह रविदास आस लग जीवो चिर भयो दर्शन देखे आओ इस शब्द राही जितने भी गुरु चरणा विच बैठे हो क्योंकि जिन्हों की याद विच जुड़मल बैठे हाँ उन्हां महापुरखां दा भी यही उद्दम हुंदा मन विच चाओ हुंदा है कि वध तो वध जो भी गुरु के चरणा विच जुड़ जाए हरेक प्राणी उस मालिक के नाम नाल जुड़ जाए उस मालिक का गुण गावे। आओ सारे रल मिल करके पांच सत्त मिनट वास्ते एक शब्द की हाजिरी भर के उपरंत समाप्ति करांगे कोई रचना खाली ना रहे। आओ सारे रल मिल करके हाजिरी लवाओ। एह जन्म तुम्हारे लेके एह जन्म तुम्हारे लेके एह जन्म तुम्हारे लेके एह जन्म करो कृपा एह जन्म तुम्हारे लेके एह जन्म तुम्हारे लेके जन्म तुम्हारे लेके एह जन्म तुम्हारे बहुत जन्म पिछड़े जन्म तुम्हारे
पिंजरे थे मारो कई जन्म है कीट पतंगा कई जन्म गजमीन तुरंगा कई जन्म पंखी सब होयो कई जन्म है लिख जोयो मेरे जगदीश मिलन की बरिया चिरंका एह देह संजरिया बहुत जन्म बिछड़े ਸਤਿਗੁਰ ਪਾਤਸ਼ਾਹ ਸਾਡੇ ਸਾਰਿਆਂ ਉੱਤੇ ਐਸੀ ਰਹਿ